ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਆਏ ਹਾਂ ਜੀ ਗੁਰਦੁਆਰਾ ਸੋਮਾਸਰ ਸਾਹਿਬ ਵਿਖੇ ਜੀ। ਇਹ ਪਿੰਡ ਟਿੱਬੇ ਦੇ ਵਿੱਚ ਬਣਿਆ ਹੋਇਆ ਅਸਥਾਨ ਆ ਜੀ। 10ਵੇਂ ਪਾਤਸ਼ਾਹ ਜਦੋਂ ਉੱਚਾ ਪੀਰ ਬਣ ਕੇ ਆਏ ਨੇ ਨਾ ਜੀ, ਇੱਧਰ ਨੂੰ ਗਏ ਨੇ ਆਲਮਗੀਰ ਸਾਹਿਬ ਵੱਲ ਨੂੰ, ਤਾਂ ਪਾਤਸ਼ਾਹ ਇੱਥੇ ਘਣਾ ਜੰਗਲ ਹੁੰਦਾ ਸੀਗਾ। ਪਾਤਸ਼ਾਹ ਕੁਛ ਦੇਰ ਉਰੇ ਬੈਠੇ ਆਰਾਮ ਕਰਨ ਲਈ ਜੀ। ਇੱਕ ਨਾ ਬੱਕਰੀਆਂ ਚਾਰਦਾ ਸੀ ਬੰਦਾ, ਪਾਤਸ਼ਾਹ ਨੇ ਉਹ ਤੋਂ ਪਾਣੀ ਦੀ ਮੰਗ ਕੀਤੀ ਵੀ ਪਾਣੀ ਪੀਣਾ ਭਾਈ, ਸਾਨੂੰ ਪਾਣੀ ਲਿਆ ਦੇ ਕਿਸੇ ਪਾਸਿਓਂ। ਉਹ ਕਹਿੰਦਾ ਵੀ ਪਾਣੀ ਦਾ ਤਾਂ ਉਰੇ ਪ੍ਰਬੰਧ ਹੀ ਹੈ ਨਹੀਂ, ਕੋਈ ਪਾਣੀ ਤਾਂ ਉਰੇ ਹੈ ਹੀ ਨਹੀਂ। ਤਾਂ ਪਾਤਸ਼ਾਹ ਨੇ ਇਸ ਜਗ੍ਹਾ ਦੇ ਉੱਤੇ ਜੀ ਆਪਣੇ ਤੀਰ ਨਾਲ ਜੀ ਪਾਣੀ ਪ੍ਰਗਟ ਕੀਤਾ ਸੀਗਾ ਜੀ, ਅਤੇ ਉਹਦੀ ਨਿਸ਼ਾਨੀ ਇਹ ਸਰੋਵਰ ਸਾਹਿਬ ਅੱਜ ਵੀ ਮੌਜੂਦ ਆ ਜੀ ਇਸ ਜਗ੍ਹਾ ਦੇ ਉੱਤੇ ਜੀ। ਪਾਤਸ਼ਾਹ ਨੇ ਬਚਨ ਕੀਤੇ ਵੀ ਜੋ ਵੀ ਸੱਚੇ ਮਨ ਨਾਲ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕਰੂਗਾ ਜੀ, ਉਹਦੀਆਂ ਹਰ ਇੱਕ ਤਰ੍ਹਾਂ ਦੀਆਂ ਚਮੜੀ ਦੀਆਂ ਬਿਮਾਰੀਆਂ ਦਾ ਨਾਸ਼ ਹੋਵੇਗਾ ਜੀ। ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ, ਆਪਾਂ ਨੂੰ ਆਪਣੇ ਪਰਿਵਾਰ ਨਾਲ ਬੱਚਿਆਂ ਸਮੇਤ ਜੀ ਇਸ ਸਥਾਨ ਦੇ ਉੱਤੇ ਆਉਣਾ ਚਾਹੀਦਾ ਆ, ਦਰਸ਼ਨ ਕਰਨੇ ਚਾਹੀਦੇ ਨੇ ਜੀ। ਆ ਜਾਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜੀ। ਇਹ ਸਾਹਮਣੇ ਬਣਿਆ ਹੋਇਆ ਜੀ ਦਫ਼ਤਰ ਕਾਰ ਸੇਵਾ ਵਾਲਿਆਂ ਦਾ ਜੀ। ਇਹ ਹੈ ਜੀ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ। ਇਸ ਸਾਈਡ ਜੀ ਸਰੋਵਰ ਸਾਹਿਬ ਬਣਿਆ ਹੋਇਆ, ਜਿਹੜਾ ਕਿ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੀਰ ਨਾਲ ਪ੍ਰਗਟ ਕੀਤਾ ਸੀ। ਆਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜੀ, ਅਤੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ। ਦਰਸ਼ਨ ਕਰ ਲਏ ਗੁਰਦੁਆਰਾ ਸਾਹਿਬ ਦੇ ਜੀ, ਆ ਜਾਓ ਹੁਣ ਚੱਲਦੇ ਹਾਂ ਲੰਗਰ ਹਾਲ ਵੱਲ ਨੂੰ ਜੀ, ਜਿੱਥੇ ਆਪਾਂ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਗੁਰੂ ਕਾ ਲੰਗਰ ਜੀ ਗੁਰਦੁਆਰਾ ਸੋਮਾਸਰ ਸਾਹਿਬ ਜੀ, ਪਿੰਡ ਟਿੱਬਾ ਜੀ। ਇਹ ਪਾਠੀ ਸਿੰਘਾਂ ਦੀ ਰਿਹਾਇਸ਼ ਬਣੀ ਹੋਈ ਹੈ ਜੀ ਇਸ ਜਗ੍ਹਾ 'ਤੇ। ਉਹ ਸਾਹਮਣੇ ਲੰਗਰ ਹਾਲ ਆ ਜੀ। ਹੁਣ ਆਪਾਂ ਸਭ ਨੇ ਮਿਲ ਕੇ ਗੁਰਦੁਆਰਾ ਸ਼੍ਰੀ ਸੋਮਾਸਰ ਸਾਹਿਬ ਦੇ ਦਰਸ਼ਨ ਕਰ ਲਏ ਹਨ ਜੀ। ਹੁਣ ਆਪਾਂ ਚੱਲਦੇ ਹਾਂ ਉਸ ਗੁਰਦੁਆਰਾ ਸਾਹਿਬ ਦੀ ਤਰਫ ਜਿੱਥੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਲੰਘ ਵਾਪਸ ਕਰਕੇ ਘੋੜੇ ਤੋਂ ਸਵਾਰ ਹੋ ਕੇ ਅੱਗੇ ਦਾ ਸਫ਼ਰ ਸ਼ੁਰੂ ਕਰ ਦਿੱਤਾ ਸੀ। ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰਾ ਜ਼ਰੂਰ ਦੇਖਿਓ ਜੀ। ਆਪਾਂ ਚੱਲਦੇ ਹਾਂ ਅਗਲੇ ਸਥਾਨ ਵੱਲ ਜੀ। ਗੁਰਦੁਆਰਾ ਸਾਹਿਬ ਦੇ ਵਿੱਚ ਜੀ ਸਾਈਕਲ ਸਕੂਟਰ ਸਟੈਂਡ ਬਣਿਆ ਹੋਇਆ। ਗੁਰਦੁਆਰਾ ਸਾਹਿਬ ਦੇ ਐਂਟਰੀ ਤੋਂ ਪਹਿਲਾਂ ਸ਼ੋਪਸ ਬਣੀਆਂ ਹੋਈਆਂ ਨੇ ਜੀ, ਜਿੱਥੋਂ ਤੁਸੀਂ ਰੁਮਾਲ ਵਗੈਰਾ ਜਾਂ ਹੋਰ ਕੋਈ ਸਮਾਨ ਖਰੀਦ ਸਕਦੇ ਹੋ।
इस साइड जी गुरुद्वारा साहिब दे जोड़ा घर बनया होया जिथे आप जोड़ा जमा करवा के गुरुद्वारा साहिब के अंदर एंट्री कर सकते हैं। वाहेगुरु जी का खालसा, वाहेगुरु जी की फतेह जी। हुण आपां पहुंचे हाँ जी गुरद्वारा श्री मंजी साहिब आलमगीर साहिब विखे जी। इस जगह पर पातशाह उच्चदा पीर बन के आए सी जदों पलंग ते सवार हो के, तां इस जगह तो वापस गनी खां ते नवी खां नूं पलंग वापस अते एक हुक्मनामा सिखां दे नाम करके पातशाह ने वापस माछीवाड़ा साहिब नूं भेजिया जी। इस जगह पर नगाइए नाँ के व्यक्ति ने पातशाह घोड़ा दिता सी, पातशाह ने अपना बाकी का सफ़र अगे घोड़े के उत्ते कीता सी जी। ये जी सामने देख घर बनया होया, इतों आप कड़ाह प्रसाद लै सकते हैं जी। भाई नगाइया जी दीवान हाल भी बनया होया जी। आ जाओ हुण आपां चलदे हाँ गुरद्वारा साहिब के अंदर नूं जी। बहुत सोहनी इमारत बनी हुई है, आपां दर्शन करदे हाँ गुरद्वारा साहिब दे जी अंदर तो। ये सोहना उच्चा निशान साहिब जी झूलदा होया उस जगह पर जिस जगह पर मेरे पातशाह ने एक दिन विश्राम किया सी जी। ये बनया होया जी गुरद्वारा साहिब दे विच जी भोरा साहिब जी। आ जाओ हुण आपां चलदे हां जी गुरद्वारा तीर साहिब वल नूं जी। दसवें पातशाह जदों इस स्थान दे उत्ते पहुँचे ने ना जी, तां एक बीबी उरे बालण चुकदी सी। पातशाह ने उहनूं पुछिआ वी सानूं पाणी चाहीदा पीण लई, वी पाणी मिल सकदा आ? बीबी कहिंदी पाणी तां मिल सकदा आ जी उरे पीण नूं उस खूह तों जिहड़ा सामणे आ, पर उस दे कोल इक सराल रहिंदी आ वी उह पाणी पीण नहीं दिंदी हैगी। पातशाह ने जी तीर मार के उस सराल का कल्याण किया जी। पातशाह जी ने एक तीर होर मारिया जी, फिर इस जगह तो पानी का सोमा प्रगट किया पातशाह ने जी। अज भी जे कोई व्यक्ति सच्चे मन नाल जी श्रद्धा भावना नाल इस जगह के उत्ते इशनान करता आ ना जी, ओदियां चमड़ी दियां हर तकलीफां दूर हुंदियां ने जी। ये आ जी वह पवित्र स्थान जी जिस जगह पर साढ़े पातशाह ने तीर मार के जी जल का सोमा प्रगट किया जी। अपने बच्चों नाल परिवार समेत जरूर इस स्थान के उत्ते आना चाहिए आ जी, दर्शन करने चाहिए ने। बहुत बड़ी कुरबानी आ साढ़े गुरु साहिब जी दी जी।
ਇਹ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਗੁਰਮਤਿ ਲਿਟਰੇਚਰ ਹਾਊਸ ਜੀ ਅਤੇ ਇਹ ਆ ਡਿਸਪੈਂਸਰੀ ਜੀ ਫ੍ਰੀ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਇਸ ਜਗ੍ਹਾ ਤੋਂ ਮੈਡੀਸਨ ਲੈ ਸਕਦਾ ਆ ਜੀ ਦਰਸ਼ਨ ਆਪਾਂ ਕਰ ਲਏ ਨੇ ਜੀ ਗੁਰਦੁਆਰਾ ਸਾਹਿਬ ਦੇ ਆਓ ਚੱਲੀਏ ਜੀ ਹੁਣ ਆਪਾਂ ਲੰਗਰ ਹਾਲ ਵੱਲ ਨੂੰ ਜੀ ਪ੍ਰਸ਼ਾਦਾ ਪਾਣੀ ਛਕਦੇ ਹਾਂ ਚੱਲ ਕੇ ਜੀ ਆਓ ਚੱਲੀਏ ਜੀ ਇਹ ਆ ਜੀ ਸਾਹਮਣੇ ਗੁਰੂ ਕਾ ਲੰਗਰ ਜੀ ਜਿੱਥੋਂ ਆਪਾਂ ਜੀ ਲੋੜ ਅਨੁਸਾਰ ਜੀ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ ਇਹ ਸਾਡੀਆਂ ਬੀਬੀਆਂ ਭੈਣਾਂ ਅਤੇ ਸਾਡੇ ਵੀਰ ਸੰਗਤ ਲਈ ਜੀ ਪ੍ਰਸ਼ਾਦਾ ਤਿਆਰ ਕਰਦੇ ਹੋਏ ਜੀ ਹੁਣ ਆਪਾਂ ਸਭ ਨੇ ਮਿਲ ਕੇ ਦਰਸ਼ਨ ਕਰ ਲਏ ਜੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਦੱਬਣਾ ਨਾ ਭੁੱਲਿਓ ਜੀ ਅਤੇ ਸਾਡੇ ਨਾਲ ਇਸ ਪੂਰੀ ਸੀਰੀਜ਼ ਦੇ ਵਿੱਚ ਹਜ਼ੂਰ ਸਾਹਿਬ ਤੱਕ ਬਣੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ